ਇਸ ਸਮੇਂ ਦੀ ਵੱਡੀ ਖਬਰ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਤੋਂ ਆ ਰਹੀ ਹੈ, ਜਿੱਥੇ ਰਿਪੋਰਟ ਪੇਸ਼ ਕੀਤੀ ਗਈ ਹੈ, ਜੋ ਰਿਪੋਰਟ ਜੱਗ ਜ਼ਾਹਿਰ ਕਰ ਦਿੱਤੀ ਗਈ ਹੈ ਕਿ ਲਾਰੈਂਸ ਬਿਸ਼ਨੋਈ ਦੀ ਪਹਿਲੀ ਇੰਟਰਵਿਊ ਪੰਜਾਬ ਦੇ ਵਿੱਚ ਹੋਈ ਸੀ, ਪੁਲਿਸ ਦੀ ਕਸਟਡੀ ਵਿੱਚ ਹੋਈ ਸੀ, ਅਤੇ ਖਰੜ ਦੇ ਵਿੱਚ ਜੋ ਕਸਟਡੀ ਸੀ ਪੁਲਿਸ, ਉਸ ਸਮੇਂ ਇੰਟਰਵਿਊ ਹੋਈ ਸੀ ਲਾਰੈਂਸ ਬਿਸ਼ਨੋਈ ਦੀ। ਇਹ ਵੱਡਾ ਖੁਲਾਸਾ ਅੱਜ ਹਾਈ ਕੋਰਟ ਦੇ ਵਿੱਚ ਜੱਗ ਜ਼ਾਹਿਰ ਹੋਈ ਰਿਪੋਰਟ ਤੋਂ ਹੋਇਆ, ਜਿੱਥੇ ਪਹਿਲੀ ਇੰਟਰਵਿਊ ਪੰਜਾਬ ਦੇ ਖਰੜ ਪੁਲਿਸ ਕਸਟਡੀ ਵਿੱਚ ਹੋਈ ਹੈ, ਦੂਜੀ ਇੰਟਰਵਿਊ ਰਾਜਸਥਾਨ ਦੇ ਵਿੱਚ ਹੋਈ ਆ। ਇਹ ਖੁਲਾਸਾ ਹੋਇਆ ਹਾਈ ਕੋਰਟ ਦੇ ਵਿੱਚ, SIT ਨੇ ਆਪਣੀ ਰਿਪੋਰਟ ਦਿੱਤੀ ਆ ਜੋ ਓਪਨ ਹੋ ਚੁੱਕੀ ਆ। ਮਸ਼ਹੂਰ ਪੰਜਾਬੀ ਸਿੰਗਰ ਸਿੱਧੂ ਮੂਸੇਵਾਲਾ ਹੱਤਿਆਕਾਂਡ ਦੇ ਮਾਸਟਰ ਮਾਈਂਡ ਗੈਂਗਸਟਰ ਲਾਰੈਂਸ ਬਿਸ਼ਨੋਈ ਦੇ ਜੇਲ੍ਹ ਵਿੱਚ ਇੰਟਰਵਿਊ ਮਾਮਲੇ ਵਿੱਚ ਇੱਕ ਵੱਡਾ ਖੁਲਾਸਾ ਹੋਇਆ। ਗੈਂਗਸਟਰ ਦਾ ਪਹਿਲਾ ਇੰਟਰਵਿਊ ਪੰਜਾਬ ਦੇ ਖਰੜ ਵਿੱਚ ਪੁਲਿਸ ਕਸਟਡੀ ਦੇ ਦੌਰਾਨ ਹੋਇਆ, ਜਦਕਿ ਦੂਸਰਾ ਇੰਟਰਵਿਊ ਰਾਜਸਥਾਨ ਦੀ ਜੇਲ੍ਹ ਵਿੱਚ ਹੋਇਆ। ਇਹ ਖੁਲਾਸਾ ਇਸ ਮਾਮਲੇ ਦੀ ਜਾਂਚ ਕਰ ਰਹੀ ਸਪੈਸ਼ਲ ਇਨਵੈਸਟੀਗੇਸ਼ਨ ਟੀਮ ਦੀ ਰਿਪੋਰਟ ਤੋਂ ਹੋਇਆ। SIT ਨੇ ਇਹ ਸੀਲਬੰਦ ਰਿਪੋਰਟ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੂੰ ਸੌਂਪੀ ਸੀ, ਜਿਸ ਨੂੰ ਅੱਜ ਜੱਗ ਜਾਹਰ ਸਰਵਜਨਕ ਕਰ ਦਿੱਤਾ ਗਿਆ ਔਰ ਰਿਪੋਰਟ ਦੇ ਦੂਸਰੇ ਪਹਿਲੂਆਂ ਬਾਰੇ ਇੰਤਜ਼ਾਰ ਕੀਤਾ ਜਾ ਰਿਹਾ ਹੈ। ਗੈਂਗਸਟਰ ਲਾਰੈਂਸ ਬਿਸ਼ਨੋਈ ਦੀ ਇੰਟਰਵਿਊ ਸਾਲ 2023 ਵਿੱਚ 14 ਅਤੇ 17 ਮਾਰਚ ਨੂੰ ਹੋਈ ਸੀ, ਜਿਸ ਤੋਂ ਬਾਅਦ ਪੰਜਾਬ ਪੁਲਿਸ 'ਤੇ ਸਵਾਲ ਉੱਠੇ ਸੀ। ਉਸ ਸਮੇਂ ਪੰਜਾਬ ਦੇ DGP ਗੌਰਵ ਯਾਦਵ ਨੇ ਇੱਕ ਵੱਡੀ ਪ੍ਰੈਸ ਕਾਨਫਰੰਸ ਬੁਲਾਈ ਸੀ, ਜਿਸ ਵਿੱਚ ਉਹਨਾਂ ਦਾਅਵਾ ਕੀਤਾ ਸੀ ਕਿ ਇੰਟਰਵਿਊ ਬਠਿੰਡਾ ਜਾਂ ਪੰਜਾਬ ਦੀ ਕਿਸੇ ਵੀ ਜੇਲ੍ਹ ਵਿੱਚ ਨਹੀਂ ਹੋਈ। DGP ਨੇ ਲਾਰੈਂਸ ਦੀ ਦੋ ਤਸਵੀਰਾਂ ਦਿਖਾਉਂਦੇ ਹੋਏ ਕਿਹਾ ਸੀ ਕਿ ਜਦੋਂ ਲਾਰੈਂਸ ਨੂੰ ਬਠਿੰਡਾ ਜੇਲ੍ਹ 'ਚੋਂ ਲਿਆਂਦਾ ਗਿਆ ਸੀ ਤਾਂ ਉਸਦੇ ਵਾਲ ਕੱਟੇ ਹੋਏ ਸੀ ਅਤੇ ਦਾੜ੍ਹੀ ਮੁੱਛ ਨਹੀਂ ਸੀ। ਲਾਰੈਂਸ ਦਾ ਪਹਿਲਾ ਇੰਟਰਵਿਊ 14 ਮਾਰਚ ਨੂੰ ਇੱਕ ਨਿੱਜੀ ਚੈਨਲ 'ਤੇ ਬ੍ਰੌਡਕਾਸਟ ਹੋਇਆ ਸੀ, ਜਿਸ ਵਿੱਚ ਲਾਰੈਂਸ ਬਿਸ਼ਨੋਈ ਨੇ ਸਿੱਧੂ ਮੂਸੇਵਾਲਾ ਦਾ ਕਤਲ ਕਰਵਾਉਣ ਦੀ ਗੱਲ ਕਬੂਲੀ ਸੀ। ਲਾਰੈਂਸ ਦਾ ਕਹਿਣਾ ਸੀ ਕਿ ਮੂਸੇਵਾਲਾ ਨੇ ਸਿੰਗਿੰਗ ਦੀ ਬਜਾਏ ਉਹ ਗੈਂਗਵਾਰ ਦੇ ਵਿੱਚ ਦਾਖਲ ਹੋ ਚੁੱਕਾ ਸੀ। ਉਸ ਨੇ ਕਾਲਜ ਦੇ ਫਰੈਂਡਲੀ ਅਕਾਲੀ ਨੇਤਾ ਵਿੱਕੀ ਮਿੱਡੂ ਖੇੜਾ ਦੇ ਕਤਲ ਵਿੱਚ ਵੀ ਮੂਸੇਵਾਲੇ ਦਾ ਹੱਥ ਦੱਸਿਆ ਸੀ ਲਾਰੈਂਸ ਬਿਸ਼ਨੋਈ ਨੇ, ਇਸ ਲਈ ਉਸ ਨੂੰ ਮਰਵਾਇਆ ਗਿਆ। ਇਹ ਦਾਅਵਾ ਲਾਰੈਂਸ ਬਿਸ਼ਨੋਈ ਨੇ ਇੰਟਰਵਿਊ 'ਚ ਕੀਤਾ ਹੈ। SIT ਦੇ ਰਿਪੋਰਟ ਦੇ ਮੁਤਾਬਕ ਕਿ ਇਹ ਇੰਟਰਵਿਊ ਉਹ ਜੋ ਉਸਨੇ CI ਦੀ ਕਸਟਡੀ ਵਿੱਚ ਦਿੱਤਾ ਹੈਗਾ ਅਤੇ ਇਹ ਕਸਟਡੀ ਉਦੋਂ ਖਰੜ ਦੇ ਵਿੱਚ ਦੱਸੀ ਜਾ ਰਹੀ ਸੀ। ਲਾਰੈਂਸ ਨੇ ਆਪਣੇ ਦੂਸਰੇ ਇੰਟਰਵਿਊ ਵਿੱਚ ਜੇਲ੍ਹ ਦੇ ਅੰਦਰ ਤੋਂ ਹੀ ਇੰਟਰਵਿਊ ਕਰਨ ਦਾ ਸਬੂਤ ਦਿੱਤਾ ਸੀ। ਉਸਨੇ ਆਪਣੀ ਬੈਰਕ ਵੀ ਦਿਖਾਈ ਸੀ ਅਤੇ ਦੱਸਿਆ ਕਿ ਉਸ ਨੂੰ ਬਾਹਰ ਨਹੀਂ ਜਾਣ ਦਿੱਤਾ, ਲੇਕਿਨ ਮੋਬਾਈਲ ਉਸ ਕੋਲ ਆ ਜਾਂਦਾ ਔਰ ਸਿਗਨਲ ਵੀ। ਲਾਰੈਂਸ ਨੇ ਆਪਣੇ ਇੰਟਰਵਿਊ 'ਚ ਕਿਹਾ ਸੀ ਕਿ ਰਾਤ ਦੇ ਸਮੇਂ 'ਚ ਜੇਲ੍ਹ ਵਿੱਚ ਬਹੁਤ ਘੱਟ ਗਾਰਡ ਆਉਂਦੇ ਜਾਂਦੇ ਨੇ, ਇਸ ਲਈ ਉਹ ਰਾਤ ਨੂੰ ਕਾਲ ਕਰਿਆ। ਲਾਰੈਂਸ ਨੇ ਮੋਬਾਈਲ ਦੇ ਅੰਦਰ ਜਾਣ ਬਾਰੇ ਵੀ ਜਾਣਕਾਰੀ ਦਿੱਤੀ ਸੀ। ਲਾਰੈਂਸ ਦੇ ਅਨੁਸਾਰ ਮੋਬਾਈਲ ਬਾਹਰ ਤੋਂ ਜੇਲ੍ਹ ਦੇ ਅੰਦਰ ਸੁੱਟੇ ਜਾਂਦੇ ਨੇ, ਕਈ ਵਾਰ ਜੇਲ੍ਹ ਸਟਾਫ ਉਹਨਾਂ ਨੂੰ ਫੜ ਲੈਂਦਾ, ਜ਼ਿਆਦਾਤਰ ਜਿਹੜੇ ਮੋਬਾਈਲ ਆ ਉਸ ਕੋਲ ਪਹੁੰਚ ਜਾਂਦੇ ਨੇ। ਇਸ ਬਾਰੇ ਇੰਟਰਵਿਊ ਦੇ ਖਿਲਾਫ਼ ਪਟੀਸ਼ਨ ਦਾਇਰ ਕਰਨ ਵਾਲਿਆਂ 'ਚ ਵਕੀਲ ਗੌਰਵ ਨੇ ਕਿਹਾ ਕਿ ਅੱਜ ਸੁਣਵਾਈ ਵਿੱਚ ਸਾਫ਼ ਹੋ ਗਿਆ ਕਿ ਪੰਜਾਬ ਪੁਲਿਸ ਦੇ ਵਿੱਚ ਕਾਲੀਆਂ ਭੇਡਾਂ ਨੇ ਜਿਨ੍ਹਾਂ ਨੇ ਇਹ ਇੰਟਰਵਿਊ ਕਰਵਾਇਆ। ਇਹ ਕਿਸੇ ਆਮ ਆਦਮੀ ਦਾ ਨਹੀਂ ਕੰਮ ਨਹੀਂ ਹੋ ਸਕਦਾ, ਹਾਲਾਂਕਿ ਇਸ ਨੂੰ ਸ਼ੁਰੂ ਤੋਂ ਹੀ ਦਬਾਉਣ ਦੀ ਕੋਸ਼ਿਸ਼ ਕੀਤੀ ਗਿਆ। ਉਹਨਾਂ ਦੱਸਿਆ ਕਿ ਅਦਾਲਤ ਨੇ ਤੈਅ ਕੀਤਾ ਕਿ ਜੋ ਵੀ ਇਸ ਮਾਮਲੇ ਵਿੱਚ ਸ਼ਾਮਲ ਹੈ ਉਹਨਾਂ 'ਤੇ ਸਿੱਧੀ ਕਾਰਵਾਈ ਹੋਣੀ ਚਾਹੀਦੀ ਹੈ। ਇਸ ਮਾਮਲੇ ਦੇ ਵਿੱਚ ਜੋ ਵੀ ਸੁਪਰਵਾਈਜ਼ਰ ਹੋਗੇ ਉਹਨਾਂ 'ਤੇ ਵੀ ਕਾਰਵਾਈ ਹੋਵੇਗੀ। ਇਸ ਮਾਮਲੇ ਵਿੱਚ DGP ਐਫੀਡੇਵਿਟ ਫਾਈਲ ਕਰਨਗੇ। ਇਸ ਮਾਮਲੇ ਦੀ ਅਗਲੀ ਸੁਣਵਾਈ ਹੁਣ 5/9 ਨੂੰ ਤੈਅ ਕੀਤੀ ਗਈ, ਮਤਲਬ 5 ਸਤੰਬਰ ਨੂੰ ਤੈਅ ਕੀਤੀ ਗਈ ਹੈ। ਗੈਂਗਸਟਰ ਲਾਰੈਂਸ ਬਿਸ਼ਨੋਈ ਇਸ ਸਮੇਂ ਗੁਜਰਾਤ ਦੀ ਜੇਲ੍ਹ ਵਿੱਚ ਨਸ਼ੇ ਤਸਕਰੀ ਦੇ ਜੁੜੇ ਕੇਸ ਵਿੱਚ ਬੰਦ ਹੈ।
ਉਹਨੂੰ ਅਹਿਮਦਾਬਾਦ ਦੇ ਸਮਰਪੱਤੀ ਵਿੱਚ ਹਾਈ ਸਕਿਉਰਿਟੀ ਜੇਲ੍ਹ ਵਿੱਚ ਰੱਖਿਆ ਗਿਆ। ਹਾਲ ਹੀ ਉਸਨੇ ਪਾਕਿਸਤਾਨੀ ਡੌਨ ਦੇ ਨਾਲ ਈਦ ਦੇ ਮੌਕੇ ਵਧਾਈ ਲੈ ਕੇ ਵੀ ਇੱਕ ਦਿੱਤੀ ਸੀ, ਔਰ ਵੀਡੀਓ ਕਾਲਿੰਗ ਜਿਹੜੀ ਹੋਈ ਸੀ ਉਹਦੀ ਰਿਕਾਰਡਿੰਗ ਵੀ ਬਾਅਦ 'ਚ ਵਾਇਰਲ ਹੋਈ ਆ। ਅੱਤਵਾਦੀਆਂ ਦੀ ਤਰਜ਼ ਲੋਰਸਨ ਗੈਂਗ ਨੇ ਆਪਣਾ ਸਲੀਪਰ ਸੈੱਲ ਵੀ ਤਿਆਰ ਕਰ ਲਿਆ। ਸਲੀਪਰ ਸੈੱਲ ਨਾਲ ਜੁੜੇ ਗੁਰਗੇ ਆਮ ਲੋਕਾਂ ਦੀ ਤਰ੍ਹਾਂ ਸਮਾਜ ਵਿੱਚ ਰਹਿ ਨੇ, ਪੇਸ਼ੇਵਰ ਉਹ ਅਪਰਾਧੀ ਨਹੀਂ ਆ, ਲੇਕਿਨ ਉਹਨਾਂ ਦਾ ਲੋਰਸ ਬਿਸ਼ੋਈ ਦਾ ਇਸ਼ਾਰਾ ਡੀਗਦੇ ਹੀ ਉਹ ਫਿਰ ਟਾਰਗੇਟ ਕਿਲਿੰਗ ਕਰਨ ਵਾਸਤੇ ਕਿਸੇ ਨੂੰ ਬਖਸ਼ ਦਿੰਦੀ ਆ। ਲੋਰਸਨ ਗੈਂਗ ਨੇ ਬ੍ਰੇਨ ਵਾਸ਼ ਕਰਕੇ ਸਲੀਪਰ ਸੈੱਲ ਵਿੱਚ ਕਈ ਨਾਬਾਲਗ ਲੜਕਿਆਂ ਨੂੰ ਵੀ ਸ਼ਾਮਿਲ ਕਰ ਲਿਆ। ਪੁਲਿਸ ਮੁਤਾਬਕ ਇਹ ਨਾਬਾਲਗ ਹਥਿਆਰ ਸਪਲਾਈ ਟਾਰਗੇਟ ਕਿਲਿੰਗ ਲੈ ਕੇ ਹਵਾਲਾ ਦੇ ਜ਼ਰੀਏ ਪੈਸਾ ਇੱਧਰ ਉੱਧਰ ਕਰਨ ਦਾ ਵੀ ਕੰਮ ਕਰਦੇ ਨੇ। ਇਹ ਤੱਥ ਦਾ ਖੁਲਾਸਾ ਲੋਰਸਨ ਗੈਂਗ ਦੇ ਗੁਰਗੇ ਦੁਆਰਾ ਰਾਜਸਥਾਨ ਵਿੱਚ ਅੰਜਾਮ ਦਿੱਤੀ ਗਈ ਵੱਖ ਵੱਖ ਵਾਰਦਾਤਾਂ ਵਿੱਚ ਜੁੜੀ ਜਾਂਚ ਅਤੇ ਅਦਾਲਤ ਵਿੱਚ ਦਾਖਲ ਚਾਰਜਸ਼ੀਟ ਵਿੱਚ ਹੋਇਆ। ਪਹਿਲੀ ਵਾਰ ਬਕਾਇਦਾ ਸਲੀਪਰ ਸੈੱਲ ਸ਼ਬਦ ਦਾ ਇਸਤੇਮਾਲ ਲੋਰਸ ਗੈਂਗ ਦੇ ਦਰਮਿਆਨ ਹੋਇਆ। ਸਲੀਪਰ ਸੈੱਲ ਨਾਲ ਜੁੜੇ ਗੁਰਗੇ ਪੁਲਿਸ ਅਤੇ ਜਾਂਚ ਏਜੰਸੀਆਂ ਨੂੰ ਬਚਣ ਲਈ ਬੋਕਸ ਕਾਲ ਦੇ ਜ਼ਰੀਏ ਇੱਕ ਦੂਜੇ ਨਾਲ ਸੰਪਰਕ 'ਚ ਕਰਦੇ ਨੇ। ਬੋਕਸ ਕਾਲ ਕਰਨ ਲਈ ਮੋਬਾਈਲ ਤੋਂ ਸਿਗਨਲ ਐਪ ਕਾਲ ਕਰਨ ਤੋਂ ਬਾਅਦ ਸਪੀਕਰ ਔਨ ਹੈਂਡ ਫਰੀ ਕਰਨ ਦੀ ਗੱਲ ਵੀ ਕਹੀ ਜਾ ਰਹੀ ਹੈ। ਬੋਕਸ ਕਾਲ ਕਰਨ ਲਈ ਕਾਲ ਇੰਟਰਸੈਪਟ ਨਹੀਂ ਕੀਤੀ ਜਾ ਸਕਦੀ ਅਤੇ ਨਾ ਹੀ ਕਾਲ ਲੋਕੇਟ ਕੀਤੀ ਜਾ ਸਕਦੀ ਹੈ। ਲੋਰਸ ਇਸ ਵਕਤ ਸਲਮਾਨ ਖਾਨ ਦੇ ਪਿੱਛੇ ਪਿਆ। ਸਲਮਾਨ ਖਾਨ 'ਤੇ ਦੋਸ਼ ਹੈ ਕਿ ਉਸਨੇ 1998 ਵਿੱਚ ਫਿਲਮ ਹਮ ਸਾਥ ਸਾਥ ਦੀ ਸ਼ੂਟਿੰਗ ਦੇ ਦੌਰਾਨ ਰਾਜਸਥਾਨ ਦੇ ਜੰਗਲਾਂ ਦੇ ਵਿੱਚ ਕਾਲੇ ਹਿਰਨ ਦਾ ਸ਼ਿਕਾਰ ਕੀਤਾ ਸੀ। ਸਲਮਾਨ ਤੋਂ ਇਲਾਵਾ ਸੈਫ ਅਲੀ ਖਾਨ, ਸੁਲਾਨੀ ਬਿੰਦਰੇ, ਤੱਬੂ ਅਤੇ ਨੀਲਮ ਕੋਠਾਰੀ 'ਤੇ ਵੀ ਕੇਸ ਦੋਸ਼ ਲੱਗੇ ਸਨ। ਬਿਸ਼ਨੋਈ ਸਮਾਜ ਨੇ ਉਦੋਂ ਤੋਂ ਹੀ ਸਲਮਾਨ ਖਾਨ ਦੇ ਖਿਲਾਫ਼ ਸ਼ਿਕਾਇਤ ਦਰਜ ਕਰਵਾਈ। ਸਲਮਾਨ ਖਾਨ ਨੂੰ ਇਸ ਲਈ ਜੋਧਪੁਰ ਕੋਰਟ ਨੇ 5 ਸਾਲ ਦੀ ਸਜ਼ਾ ਵੀ ਸੁਣਾਈ ਸੀ, ਹਾਲਾਂਕਿ ਬਾਅਦ 'ਚ ਉਹਨਾਂ ਨੂੰ ਇਸ ਮਾਮਲੇ 'ਚ ਬੇਲ ਮਿਲ ਗਈ ਸੀ। ਇਸਦੇ ਚੱਲਦੇ ਗੈਂਗਸਟਰ ਲੋਰਸ ਸਲਮਾਨ ਖਾਨ ਨੂੰ ਮਾਰਨਾ ਚਾਹੁੰਦੇ ਨੇ। ਉਸਨੇ ਕੋਰਟ ਦੀ ਪੇਸ਼ੀ ਦੌਰਾਨ ਵੀ ਇਸ ਦੀ ਧਮਕੀ ਤੱਕ ਦੇ ਚੁੱਕਾ। ਸਲਮਾਨ ਖਾਨ 'ਤੇ ਹਮਲੇ ਦੀ ਪਲੈਨਿੰਗ ਵਿੱਚ ਹੀ ਲੋਰਸ ਦੇ ਕਈ ਗੁਰਗੇ ਦਿੱਲੀ ਅਤੇ ਮੁੰਬਈ ਪੁਲਿਸ ਗ੍ਰਿਫਤਾਰ ਕਰ ਚੁੱਕੀ ਹੈ, ਮਗਰ ਫਿਰ ਵੀ ਲੋਰਸ ਆਪਣੇ ਗੈਂਗਸਟਰ ਦੇ ਗੁਰਗਿਆਂ ਨੂੰ ਸਲਮਾਨ ਖਾਨ ਦੇ ਉਹਨੇ ਪਿੱਛੇ ਲਗਾਏ ਹੋਏ ਨੇ। ਕੁਝ ਦਿਨ ਪਹਿਲਾਂ ਮੁੰਬਈ ਵਿੱਚ ਸਲਮਾਨ ਖਾਨ ਦੇ ਘਰ 'ਤੇ ਫਾਇਰਿੰਗ ਵੀ ਹੋਈ ਸੀ, ਲੇਕਿਨ ਜੋ ਇਸ ਸਮੇਂ ਦੀ ਵੱਡੀ ਖਬਰ ਆ ਕਿ ਜਿਹੜੀਆਂ 2 ਇੰਟਰਵਿਊਆਂ ਇੱਕ ਨੈਸ਼ਨਲ ਚੈਨਲ 'ਤੇ ਹੋਈਆਂ ਸੀ, ਉਹਦੇ 'ਚ ਐੱਸ ਆਈ ਟੀ ਦੇ ਚੀਫ ਜੋ ਹਾਈ ਕੋਰਟ ਵੱਲੋਂ ਬਣਾਏ ਗਏ ਸੀ, ਉਹ ਸੀ DGP ਸਪੈਸ਼ਲ ਰੈਂਕ ਦੇ ਅਧਿਕਾਰੀ ਪ੍ਰਬੋਧ ਕੁਮਾਰ। ਉਹ ਰਿਪੋਰਟ ਜਿਹੜੀ ਸੌਂਪੀ ਗਈ ਸੀ ਪਿਛਲੀ ਤਰੀਕ ਦੇ ਵਿੱਚ, ਉਹ ਅੱਜ ਓਪਨ ਕਰ ਦਿੱਤੀ ਗਈ ਹੈ, ਜਿਹ 'ਤੇ ਕਿਹਾ ਗਿਆ ਕਿ ਮਸ਼ਹੂਰ ਗਾਇਕ ਸਿੱਧੂ ਮੂਸੇਵਾਲਾ ਹੱਤਿਆਕਾਂਡ ਦੇ ਮਾਸਟਰ ਮਾਈਂਡ ਲੋਰਸ ਬਿਸ਼ਨੋਈ ਦੀਆਂ ਜਿਹੜੀਆਂ 2 ਇੰਟਰਵਿਊਆਂ ਹੋਈਆਂ ਨੇ, ਉਹ ਪਹਿਲੀ ਇੰਟਰਵਿਊ ਪੰਜਾਬ ਦੇ ਖਰੜ ਦੇ ਵਿੱਚ ਹੋਈ ਆ, ਜਿੱਥੇ ਲੋਰਸ ਬਿਸ਼ਨੋਈ ਨੂੰ ਪੁਲਿਸ ਕਸਟਡੀ ਵਿੱਚ ਲਿਆਂਦਾ ਗਿਆ ਸੀ। ਅਤੇ ਮਤਲਬ ਪੰਜਾਬ ਪੁਲਿਸ ਦੇ ਵਿੱਚ ਕਾਲੀਆਂ ਪੇਡਾਂ। ਔਰ ਸਭ ਤੋਂ ਵੱਡਾ ਸਵਾਲ ਕਿ ਹੁਣ ਪੰਜਾਬ ਦੇ DGP ਕੀ ਜਵਾਬ ਦੇਣਗੇ, ਜਦ ਹਾਈ ਕੋਰਟ ਦੇ ਵਿੱਚ ਖੁਲਾਸਾ ਹੋ ਚੁੱਕਾ ਕਿ ਲੋਰਸ ਬਿਸ਼ਨੋਈ ਦੀ ਇੰਟਰਵਿਊ ਪੰਜਾਬ ਦੇ ਵਿੱਚ ਹੋਈ ਆ, ਪੰਜਾਬ ਦੇ ਜ਼ਿਲ੍ਹਾ ਮੋਹਾਲੀ ਦੇ ਵਿੱਚ ਹੋਈ ਆ, ਮੋਹਾਲੀ ਦੇ ਪੁਲਿਸ ਸਟੇਸ਼ਨ ਖਰੜ ਦੇ ਵਿੱਚ ਹੋਈ ਆ, ਜਾਂ ਖਰੜ ਪੁਲਿਸ ਸਟੇਸ਼ਨ ਹੋ ਸਕਦਾ, ਜਾਂ ਫਿਰ CA ਸਟਾਫ ਹੋ ਸਕਦਾ, ਜਾਂ ਫਿਰ ਇੱਕ ਖਰੜ ਪੁਲਿਸ ਕਸਟਡੀ ਦਾ ਨਾਮ ਦਿੱਤਾ ਗਿਆ ਉੱਥੇ ਹੋਈ ਆ। ਸਵਾਲ ਹੈ ਕਿ ਉਸ ਸਮੇਂ ਉਸ ਇਲਾਕੇ ਦਾ SHO, ਉਸ ਇਲਾਕੇ ਦਾ DSP, ਉਸ ਇਲਾਕੇ ਦਾ SSP ਕੌਣ ਸੀ, ਜਿਨ੍ਹਾਂ ਦੇ ਸਮੇਂ ਦੇ ਦੌਰਾਨ ਪੁਲਿਸ ਕਸਟਡੀ ਦੇ ਦੌਰਾਨ ਲੋਰਸ ਬਿਸ਼ਨੋਈ ਦੀ ਇੰਟਰਵਿਊ ਹੋਈ ਆ, ਉਹ ਤਮਾਮ ਉਹਨਾਂ ਪੁਲਿਸ ਅਫਸਰਾਂ ਦੇ ਖਿਲਾਫ਼ ਹੁਣ ਕਾਰਵਾਈ ਹੋਏਗੀ, ਜਿਨ੍ਹਾਂ ਦੀ ਨਿਗਰਾਨੀ ਹੇਠ, ਜਿਨ੍ਹਾਂ ਦੀ ਮੌਜੂਦਗੀ ਦੇ ਵਿੱਚ, ਜਿਨ੍ਹਾਂ ਦੀ ਸਹਿਮਤੀ ਦੇ ਦੌਰਾਨ ਲੋਰਸ ਬਿਸ਼ਨੋਈ ਦੀ ਇੰਟਰਵਿਊ ਹੋਈ ਆ। ਹਾਈ ਕੋਰਟ ਦੇ ਵਿੱਚ ਵੱਡਾ ਖੁਲਾਸਾ।
ਇਸ ਜਾਣਕਾਰੀ ਦੇ ਨਾਲ ਤੁਹਾਡੇ ਤੋਂ ਲੈਂਦੇ ਆ ਗਿਆ। ਦੇਖਦੇ ਰਹੋ ABC ਪੰਜਾਬ। ਧੰਨਵਾਦ।